ਚੱਕ ਦਿਆਂਗੇ, ਚੱਕ ਦਿਆਂਗੇ। ਸੋ ਤੁਸੀਂ ਦੇਖ ਸਕਦੇ ਹੋ ਯੂਥ ਅਕਾਲੀ ਵਰਕਰ ਅੱਗੇ ਵੱਧ ਰਹੇ ਨੇ, ਪੁਲਿਸ ਨਾਲ ਧੱਕਾ ਮੁੱਕੀ ਹੋ ਰਹੀ ਹੈ। ਹਲੇ ਪਹਿਲੀ ਜਿਹੜੀ ਉਹ ਘੇਰਾ ਬਣਾਇਆ ਉੱਥੇ ਤੱਕ ਵੀ ਨਹੀਂ ਪਹੁੰਚੇ ਅਤੇ ਯੂਥ ਅਕਾਲੀ ਵਰਕਰਾਂ ਨੂੰ ਪੁਲਿਸ ਨੇ ਖਦੇੜ ਦਿੱਤਾ ਹੈ। ਵੱਡੀ ਗਿਣਤੀ ਜਿਹੜੇ ਯੂਥ ਅਕਾਲੀ ਆਗੂ ਨੇ ਪਿੱਛੇ ਹੱਟ ਚੁੱਕੇ ਨੇ। ਜਿਹੜਾ ਘੇਰਾ ਸੀਗਾ ਪੁਲਿਸ ਦਾ, ਤੁਸੀਂ ਦੇਖ ਸਕਦੇ ਹੋ ਘੇਰਾ ਵੀ ਅੱਗੇ ਆ ਗਿਆ ਹੈ। ਸੋ ਖਦੇੜ ਦਿੱਤਾ ਹੈ ਪੁਲਿਸ ਨੇ, ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਵੀ ਗਿਣਤੀ ਘੱਟ ਗਿਣਤੀ ਕਰਕੇ ਯੂਥ ਅਕਾਲੀ ਪੂਰੀ ਤਰ੍ਹਾਂ ਧੱਕਾ ਹੋ ਰਿਹਾ। ਦੇਖ ਸਕਦੇ ਹੋ ਧੱਕਾ ਮੁੱਕੀ ਹੋ ਰਹੀ ਹੈ ਪੁਲਿਸ ਅਤੇ ਯੂਥ ਅਕਾਲੀ ਵਰਕਰਾਂ ਵਿਚਕਾਰ। ਸੋ ਪਹਿਲੇ ਜਿਹੜਾ ਪੜਾਅ ਵਾ ਉੱਥੇ ਤੱਕ ਵੀ ਯੂਥ ਅਕਾਲੀ ਵਰਕਰ ਜਿਹੜੇ ਪਹੁੰਚਣ ਨਹੀਂ ਦਿੱਤੇ ਗਏ, ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਵਾ। ਗਿਣਤੀ ਘੱਟ ਹੋਣ ਕਰਕੇ ਯੂਥ ਅਕਾਲੀ ਵਰਕਰਾਂ ਦੀ ਪੁਲਿਸ ਭਾਰੀ ਹੋ ਗਈ ਉਹਨਾਂ 'ਤੇ, ਅਤੇ ਯੂਥ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖ ਸਕਦੇ ਹੋ ਯੂਥ ਅਕਾਲੀ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਲਿਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਪੁਤਲਾ ਵੀ ਇੱਥੇ ਰਹਿ ਗਿਆ ਜਿਹੜਾ ਵਿਧਾਇਕ ਬੈਂਸ ਦਾ ਬਣਾਇਆ ਗਿਆ ਸੀ। ਸੋ ਗਿਣਤੀ ਘੱਟ ਹੋਣ ਕਰਕੇ ਜਿਹੜਾ ਇਹ ਮੰਜ਼ਰ ਹੋਇਆ ਇਹ। ਸੋ ਆ ਬੀਬੀਆਂ ਬੈਠੀਆਂ ਨਾਲ ਗੱਲਬਾਤ ਕਰਾਂਗੇ। ਉਹਨਾਂ ਦੀ ਇੱਜ਼ਤ ਨਾਲ ਖੇਡਿਆ ਜਾਊਗਾ, ਫਿਰ ਸੱਚੇ ਬਣ ਜਾਂਦੇ। ਹੈਗੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਵੀ ਪਹਿਲੀ ਪਰਤ ਵੀ ਤੁਹਾਨੂੰ ਦਿਖਾਈ ਸੀਗੀ। ਆ ਪਹਿਲੀ ਪਰਤ ਸੀਗੀ ਇਹ ਵੀ ਯੂਥ ਅਕਾਲੀ ਆਗੂ ਨੇ ਪਾਰ ਨਹੀਂ ਕਰਨ ਦਿੱਤੀ। ਸੋ ਮੈਂ ਕਹਿ ਸਕਦਾ ਇੱਕ ਚਾਅ ਸੀਗਾ ਪੁਲਿਸ ਅਫਸਰਾਂ ਦੇ ਵਿੱਚ ਵੀ, ਪੁਲਿਸ ਮੁਲਾਜ਼ਮਾਂ ਵਿੱਚ ਵੀ, ਉਹ ਵੀ ਚਾਅ ਅਧੂਰਾ ਰਹਿ ਗਿਆ ਅਕਾਲੀ ਆਗੂ ਨੂੰ ਰੋਕਣ ਦਾ। ਸੋ ਹੱਥ ਲਾ ਕੇ ਵੀ ਨਹੀਂ ਮੁੜੇ ਹੈਗੇ ਅਕਾਲੀ ਆਗੂ, ਆਹ ਰਸਤਾ ਵਾ ਇੱਥੋਂ ਹੀ ਉਹਨੂੰ ਮੋੜ ਦਿੱਤਾ ਗਿਆ ਵਾ। ਇਲਜ਼ਾਮ ਭਾਵੇਂ ਸਿਮਰਜੀਤ ਬੈਂਸ ਦੇ ਉੱਤੇ ਵੱਡੇ ਨੇ, ਪਰ ਯੂਥ ਅਕਾਲੀ ਜਿਹੜੇ ਆਗੂ ਸੀਗੇ ਉਹਨਾਂ ਦੀ ਜਿਹੜੀ ਫੂਕ ਅੱਜ ਨਿਕਲ ਚੁੱਕੀ ਹੈ। ਇਲਜ਼ਾਮਾਂ ਦੇ ਹਿਸਾਬ ਨਾਲ ਜਿਹੜਾ ਰੌਲਾ ਪਾਇਆ ਜਾ ਰਿਹਾ ਸੀ ਉਸ ਤਰੀਕੇ ਦਾ ਅਕਾਲੀ ਦਲ ਵੱਲੋਂ ਇੱਥੇ ਇਕੱਠ ਨਹੀਂ ਕੀਤਾ ਗਿਆ। ਸੋ ਜਿਹੜਾ ਇਹ ਸੁੱਚੇ ਮੂੰਹੇ ਪੁਲਿਸਾਂ ਨੂੰ ਕਹਿ ਲਓ ਮੁੜਨਾ ਪਏਗਾ ਇੱਥੋਂ। ਅਸ਼ਵਨੀ ਕਪੂਰ ਇੱਥੇ ਸਾਡੇ ਡੀ ਸੀ ਪੀ ਨਾਲ ਗੱਲਬਾਤ ਕਰਾਂਗੇ। 25 ਤੋਂ 30 ਦੇ ਕਰੀਬ ਆਉਣਗੇ ਜੀ। ਸਰ ਨੈਕਸਟ ਕੀ ਕਾਰਵਾਈ ਕੀ ਹੈ ਇਸ ਦੇ ਵਿੱਚ? ਜੋ ਵੀ ਕਾਨੂੰਨੀ ਬਣਦੀ ਹੈ ਜੀ, ਮੈਂ ਦੱਸਿਆ ਕਿ 188 ਦਾ ਜਿਹੜੀ 144 ਦੀ ਇਹਨਾਂ ਨੇ ਉਲੰਘਣਾ ਕੀਤੀ ਹੈ, ਅਤੇ 188 'ਚ ਜੋ ਕਾਰਵਾਈ ਬਣਦੀ ਹੈ ਕਰ ਦਿੱਤੀ ਜਾਏਗੀ ਜੀ। ਸੋ ਕਾਨੂੰਨੀ ਕਾਰਵਾਈ ਦੀ ਗੱਲ ਕਰ ਰਹੇ ਨੇ, ਜਿਹੜਾ ਅੱਜ ਉਲੰਘਣਾ ਕੀਤੀ ਗਈ 144 ਅਤੇ 188 ਦੀ, ਉਹਦੇ ਹਿਸਾਬ ਨਾਲ ਅੱਜ ਕਾਰਵਾਈ ਹੈ। ਅਸ਼ਨੀ ਕੁਮਾਰ ਡੀ ਸੀ ਪੀ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਵੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਸੋ ਤੁਸੀਂ ਦੇਖ ਸਕਦੇ ਹੋ ਇਹ ਉਹੀ ਪਰਤਾਂ ਨੇ ਚਾਰ ਜਿਹੜੀ ਪਹਿਲਾਂ ਦਿਖਾਈਆਂ ਸੀ, ਇਹ ਪਰਤਾਂ ਉਸੇ ਤਰ੍ਹਾਂ ਮੌਜੂਦ ਨੇ। ਅਕਾਲੀ ਆਗੂ ਨੂੰ ਇੱਥੇ ਤੱਕ ਵੀ ਆਉਣ ਦਿੱਤਾ ਗਿਆ। ਗਿਣਤੀ ਘੱਟ ਹੋਣ ਕਾਰਨ ਪੁਲਿਸ ਅਕਾਲੀ ਆਗੂ ਨੂੰ ਉੱਤੇ ਹਾਵੀ ਹੋ ਗਈ ਅਤੇ ਉਹਨਾਂ ਨੂੰ ਉੱਥੋਂ ਹੀ ਰੋਕ ਕੇ ਗ੍ਰਿਫਤਾਰ ਕਰਕੇ ਗੱਡੀ 'ਚ ਲੈ ਗਏ ਨੇ। ਸੋ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜਾ ਘੇਰਾ ਉਸੇ ਤਰ੍ਹਾਂ ਬਰਕਰਾਰ ਹੈ, ਉਸੇ ਤਰ੍ਹਾਂ ਜਿਹੜੇ ਲੋਕ ਨੇ ਉਹ ਉੱਥੇ ਖੜ੍ਹੇ ਹੋਏ ਨੇ, ਪੁਲਿਸ ਦੇ ਆਲਾ ਅਧਿਕਾਰੀ ਇੱਥੇ ਆਏ ਹੋਏ ਨੇ।
ਇਹ ਰਸਤਾ ਜਿਹੜਾ ਵਿਧਾਇਕ ਬੈਂਸ ਦੇ ਘਰ ਨੂੰ ਜਾਂਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਪੁਲਿਸ ਮੌਜੂਦ ਹੈ, ਹਲੇ ਕੋਈ ਵੀ ਹਲੇ ਇੰਸਟਰਕਸ਼ਨ ਨਹੀਂ ਦਿੱਤੀਆਂ ਗਈਆਂ ਪੁਲਿਸ ਡਿਪਾਰਟਮੈਂਟ ਵੱਲੋਂ, ਆਲਾ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਉਸੇ ਤਰ੍ਹਾਂ ਹਲੇ ਖੜ੍ਹੇ ਨੇ, ਪਰ ਅਕਾਲੀ ਆਗੂ ਜਿਹੜਾ ਗ੍ਰਿਫਤਾਰ ਕਰਕੇ ਜਿਹੜੀ ਪੁਲਿਸ ਹੈ ਉਹ ਲੈ ਕੇ ਚਲੀ ਗਈ ਹੈ। ਸੋ ਸਾਡੇ ਨਾਲ SP ਜਸਕਰਨਜੀਤ ਸਿੰਘ ਤੇਜਾ ਉਹਨਾਂ ਨਾਲ ਗੱਲਬਾਤ ਕਰਨਗੇ। ਸਰ, ਜਿਵੇਂ ਕਿ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ, ਕੀ ਕਾਰਵਾਈ ਅੱਗੇ ਕੀਤੀ ਜਾਏਗੀ ਇਹਨਾਂ 'ਤੇ? ਇਹਨਾਂ ਦੇਖੋ 144 ਲਾਗੂ ਹੈ, ਉਹਦੇ ਮੁਤਾਬਿਕ ਜੋ 188 ਦੀ ਕਾਰਵਾਈ ਬਣਦੀ ਉਹ ਇਹਨਾਂ ਦੇ ਖਿਲਾਫ਼ ਕਰਾਂਗੇ। ਅਤੇ ਕਿੰਨੇ ਕੁ ਬੰਦੇ ਆਈਡੈਂਟੀਫਾਈ ਹਲੇ ਹੋਏ ਕਿ ਨਹੀਂ? ਤਕਰੀਬਨ 15 ਕੁ ਬੰਦੇ ਹੈਗੇ ਆ ਅਤੇ ਉਹਨਾਂ ਨੂੰ ਜਿਹੜਾ ਫਿਲਹਾਲ ਗ੍ਰਿਫਤਾਰ ਕੀਤਾ। ਕਹਿੰਦੇ ਤਾਂ ਉਸੇ ਤਰ੍ਹਾਂ ਦੇ ਮੌਜੂਦ ਆ, ਹਲੇ ਕੋਈ ਇੰਸਟਰਕਸ਼ਨ ਦਿੱਤੀਆਂ ਨਹੀਂ ਗਈਆਂ, ਕੀ ਕਾਰਨ ਹੈ ਜੀ? ਕਿਹਨਾਂ ਨੂੰ? ਤੁਹਾਡੇ ਮੁਲਾਜ਼ਮ ਖੜ੍ਹੇ ਨੇ ਜਿਹੜੇ? ਮੁਲਾਜ਼ਮਾਂ ਨੂੰ ਆਲਰੇਡੀ ਇੰਸਟਰਕਸ਼ਨ ਹੀ ਹੁੰਦੀ ਹੈ, ਜੇ ਕੋਈ ਲਾਅ ਐਂਡ ਆਰਡਰ ਬ੍ਰੀਚ ਕਰਦਾ ਤਾਂ ਫਿਰ ਅਸੀਂ ਆਪਣੀ ਅਗਲੀ ਕਾਰਵਾਈ ਸਟੈਪ ਬਾਈ ਸਟੈਪ ਕਰਦੇ ਹਾਂ, ਅਤੇ ਅਦਰਵਾਈਜ਼ ਕੋਈ ਇਹ ਜੀ ਨਹੀਂ, ਪੀਸਫੁਲ ਹੈ, ਕੋਈ ਅੰਡਰ ਕੰਟਰੋਲ ਹੈ, ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਜਿਵੇਂ ਕਿ SP ਜਸਕਰਨਜੀਤ ਸਿੰਘ ਤੇਜਾ ਉਹਨਾਂ ਨੇ ਕਿਹਾ ਵੀ ਜਿਹੜਾ ਪੀਸਫੁਲੀ ਜਿਹੜਾ ਸਾਰਾ ਕੁਝ ਹੋਇਆ ਇੱਥੇ, ਜਿਹੜਾ ਜਿਨ੍ਹਾਂ ਨੇ ਉਲੰਘਣਾ ਕੀਤੀ 188 144 ਦੀ ਉਹਨੂੰ ਗ੍ਰਿਫਤਾਰ ਕਰ ਲਿਆ, 15 ਦੇ ਕਰੀਬ ਜਿਹੜੇ ਬੰਦੇ ਦੱਸੇ ਜਾਂਦੇ ਨੇ, ਬਣਦੀ ਕਾਰਵਾਈ ਜਿਹੜੀ ਉਹ ਬਣਦੀ ਕਾਰਵਾਈ ਦੀ ਗੱਲ ਉਹਨਾਂ ਨੇ ਕੀਤੀ ਹੈ। ਸੋ ਇੱਧਰ ਉਸੇ ਤਰ੍ਹਾਂ ਘੇਰਾ ਬਰਕਰਾਰ ਹੈਗਾ, ਇੰਸਟਰਕਸ਼ਨ ਨਹੀਂ ਹੈਗੀ, ਪਰ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਇੱਧਰੋਂ ਅਰੋੜਾ ਪੈਲਸ ਵਾਲੀ ਸਾਈਡ ਤੋਂ ਜਿਹੜਾ ਟ੍ਰੈਫਿਕ ਹੈ ਉਹ ਜਿਹੜਾ ਗਿੱਲ ਚੌਂਕ ਤੋਂ ਆਉਂਦਾ ਹੈ ਉਹ ਖੋਲ੍ਹ ਦਿੱਤਾ ਗਿਆ ਹੈ, ਹੁਣ ਲੋਕਾਂ ਵਾਸਤੇ ਆਮ ਜਿਹੜਾ ਰਸਤਾ ਹੈ ਉਹ ਇੱਥੇ ਖੋਲ੍ਹ ਦਿੱਤਾ ਗਿਆ ਹੈ। ਸੋ ਤੁਸੀਂ ਦੇਖ ਸਕਦੇ ਹੋ ਇੱਕ ਘੰਟੇ ਦਾ ਕੰਮ, 4 ਤੋਂ 5 ਮਿੰਟਾਂ ਦੇ ਵਿੱਚ ਜਿਹੜਾ ਇਹ ਪੁਲਿਸ ਨੇ ਨਿਬੇੜ ਕੇ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਨਾਲ, ਵੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।